अमृतसर में गैंगस्टर प्रीत सेखों ने वीरवार देर रात रंजीत एवेन्यू के यूरोपियन नाइट रेस्टोरेंट में काम करने वाले जगरूप सिंह उर्फ जग्गा की गोली मारकर हत्या कर दी। हत्या के बाद गैंगस्टर साथियों सहित मौके से फरार हो गया। जग्गा रेस्टोरेंट में बाउंसर था। गैंगस्टर ने फेसबुक पर इसकी जिम्मेदारी भी ली, लिखा कि उसने जग्गा बाउंसर को मार डाला, औरों का भी नंबर आएगा। वहीं जग्गा बाउंसर के शव को पोस्टमार्टम के लिए अस्पताल में रखवा दिया गया है और पुलिस ने पूछताछ के लिए कुछ लोगों को राउंडअप भी किया है। प्रत्यक्षदर्शियों से भी पूछताछ की जा रही है। जग्गा बाउंसर से प्रीत सेखो की क्या दुश्मनी थी, इसके बारे में पता चला है कि कुछ देर पहले शादी में कुछ तूतू मैमे हुई थी, जिसके बाद से दुश्मनी बढ़ती गई। पुलिस इस बारे में उसके नज़दीकियों से भी पूछताछ कर रही है। अमृतसर से सनी सहोता की रिपोर्ट। झगड़े तो रंज च वधी गई, मामूली तकरार तो काम वध गया। राती सर उन्हां ने आ गए ਤੇ ਉਹਨਾਂ ਨੇ ਤਾਬੜ ਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰਤੀਆਂ। ਕਿੰਨੇ ਬੰਦੇ ਸੀ ਉਹ? 4 ਜਣੇ ਸਰ। ਅੱਛਾ, ਉਸ ਤੋਂ ਬਾਅਦ ਫਿਰ? ਉਸ ਤੋਂ ਬਾਅਦ ਸਰ ਉੱਥੇ ਅਮਨਦੀਪ ਹਸਪੀਟਲ ਲੈ ਕੇ ਗਏ, ਕਹਿੰਦੇ ਡੈੱਡ ਹੋ ਚੁੱਕੇ। ਹਾਂਜੀ, ਅੱਜ ਕੋਈ ਪੋਸਟ ਵੀ ਪਾਈ ਉਹਨਾਂ ਨੇ? ਹਾਂਜੀ, ਅੱਜ ਉਹਨਾਂ ਪੋਸਟ ਪਾਈ ਵੀ ਜਿਹੜਾ ਇਹ ਕਾਂਡ ਕੀਤਾ ਜੱਗੇ ਬਾਉਂਸਰ ਵਾਲਾ, ਐਂ ਕੀਤਾ। ਪ੍ਰੀਤ ਸੇਖਾ ਸੇਖੋ ਮੁੰਡੇ ਦਾ ਨਾਮ ਹੈ, ਪ੍ਰੀਤ ਸੇਖਾ। ਹਾਂਜੀ, ਮੰਗ ਕਰਦੇ ਸੀ ਪ੍ਰਸ਼ਾਸਨ? ਅਸੀਂ ਸਾਰੇ ਇਹੋ ਪ੍ਰਸ਼ਾਸਨ ਕੋਲ ਮੰਗ ਕਰਦੇ ਹਾਂ, ਸਾਡੀ ਜਲਦੀ ਤੋਂ ਜਲਦੀ ਸੁਣਵਾਈ ਕੀਤੀ ਜਾਵੇ ਅਤੇ ਇਹਨਾਂ ਨੂੰ ਜੇਲ੍ਹ ਦੇ ਵਿੱਚ ਸੁੱਟਿਆ ਜਾਵੇ। बैकरी लाके खलोते बाईपास से खलोते हैं, पिछों गड्डी आई है जी, उन्हें आके लागे खिलार के सीधे फायरिंग करनी स्टार्ट कर दी है जी। तो उत्थे भरा दी साडे दी मेरे दी मौके ते डैथ हो गई है जी। बंदे भाजी पहनों तो पता नहीं लगा कौन है, पर उन्हें अपनी फेसबुक से पा के आप क्या है जी, मैं जो काम किया मैं राति किया पोस्ट पा के। जानते ही अपना पेन निका मोटा झगड़ा ही साढ़े ना बड़े चेता ही, साल डेढ़ साल पुराना झगड़ा ही। उनका नाम सर प्रीत सेख है। ये बाउंसर की ड्यूटी करते। ਰਾਤੀ 11:30 ਦਾ ਟਾਈਮ ਸਿਫਟ ਗੱਡੀ ਪਈ। ਹਾਂਜੀ ਹਾਂਜੀ, ਫੇਸਬੁੱਕ 'ਤੇ ਪੋਸਟ ਪਾ ਕੇ। ਪੋਸਟ ਦੱਸੀ ਦੱਸਿਓ ਪੋਸਟ 'ਤੇ ਗੋਲੀਆਂ ਦੱਸੋ ਕਿੰਨੀਆਂ ਚੱਲੀਆਂ, ਕਿੰਨੀਆਂ ਲੱਗੀਆਂ ਭਰਾ ਦੇ? ਮੈਂ 8-9 ਫਾਇਰ ਪਾ ਲੱਗੇ ਆ ਵੀਰ ਜੀ, ਅਤੇ ਮੈਂ 14-15 ਫਾਇਰ ਕੱਢੇ ਜੀ। ਅੱਛਾ, ਅਤੇ ਕਿੰਨੇ ਬੰਦੇ ਸੀ ਉਹਨਾਂ ਦੇ ਨਾਲ? 4 ਬੰਦੇ ਸੀ। 4 ਨੇ ਫਾਇਰਿੰਗ ਕੀਤੀ? ਨਹੀਂ, 3 ਨੇ ਕੀਤੀ, ਇੱਕ ਡਰਾਈਵਰ। ਇਕੱਲਾ? ਹਾਂਜੀ, ਨਾਲ ਮੈਂ। ਤਿੰਨ ਬੰਦੇ ਜਿਹੜੇ ਸੀ ਉਹ ਕਿਹੜੇ ਕਿਹੜੇ ਬੰਦੇ ਜਿਨ੍ਹਾਂ ਨੇ ਫਾਇਰਿੰਗ ਕੀਤੀ? ਨਹੀਂ, ਉਹ ਤਾਂ ਨਹੀਂ ਭਾਅ ਜੀ, ਮੌਕੇ 'ਤੇ ਨਹੀਂ ਅਸੀਂ ਪਛਾਣਿਆ ਕਿਸੇ ਨੂੰ। ਇਹ ਬਾਅਦ 'ਚ ਉਹਨੇ ਪੋਸਟ ਪਾ ਕੇ ਕਿਹਾ ਵੀ ਮੈਂ ਕੀਤਾ ਜਿਹੜਾ ਕੰਮ ਕੀਤਾ। ਉਸਨੇ ਕੀ ਕਾਰਵਾਈ ਕੀਤੀ? ਪੁਲਿਸ ਵਾਲੀ ਕਾਰਵਾਈ ਕਰ ਰਹੀ ਸੀ, ਰਿਪੋਰਟ ਕਢਾ ਰਹੀ ਹੈ, ਹੁਣ ਵੇਖੋ ਗਾੜੀ ਕੀ ਹੁੰਦਾ। ਹਾਂਜੀ, ਮੈਰਿਡ। ਕਿੰਨੀ ਉਮਰ? ਉਮਰ 30 ਸਾਲ ਹੋ ਗਈ। ਕੀ ਨਾਂ ਹੈ ਉਹਦਾ? ਉਹਦਾ ਨਾਂ ਜਗਰੂਪ ਸਿੰਘ ਹੈ ਜੀ। ਜਗਰੂਪ ਸਿੰਘ ਜੱਗਾ ਜਿਹੜਾ ਜੀ, ਇਹ ਆਪਣੇ ਯੂਰਪੀਅਨ ਨਾਈਟ, ਜਗਰੂਪ ਸਿੰਘ ਜੱਗਾ ਜਿਹੜਾ ਯੂਰਪੀਅਨ ਨਾਈਟ ਵਿੱਚ ਬਾਉਂਸਰ ਦਾ ਕੰਮ ਕਰ ਰਿਹਾ ਸੀ। ਜਦੋਂ ਇਹ ਆਪਣਾ ਉੱਥੇ ਡਿਊਟੀ ਖਤਮ ਕਰਕੇ ਇਹ ਪ੍ਰਗਟ ਸਿੰਘ ਦੇ ਨਾਲ ਜਾ ਰਿਹਾ ਸੀ, ਜਦੋਂ ਇਹਨਾਂ ਉੱਠ ਬੇਕਰੀ ਦੇ ਲਾਗੇ ਗਿਆ, ਉੱਥੇ ਖਲੋ ਕੇ ਪਿਸ਼ਾਬ ਕਰ ਰਿਹਾ। 3 ਸ਼ਿਫਟ ਕਾਰ 'ਤੇ ਜਵਾਨ ਆਏ ਜਿਨ੍ਹਾਂ ਨੇ ਗੋਲੀਆਂ ਮਾਰੀਆਂ ਮੌਕੇ 'ਤੇ। ਮੁੜ ਕੇ ਜਾ ਕੇ SHO ਸਾਹਿਬ ਨੇ ਉੱਥੇ ਜਾ ਕੇ ਦਾਖਲ ਕਰਾਇਆ, ਪਰ ਡੈੱਡ ਹੋ ਗਿਆ। ਇਹਦੇ ਬਾਰੇ ਨਹੀਂ ਪਤਾ ਜੀ, ਤਫਤੀਸ਼ ਚੱਲ ਰਹੀ ਆ, ਜੋ ਵੀ ਕੁਝ ਹੋਊਗਾ ਕੈਮਰੇ ਚੈੱਕ ਕਰਨਗੇ। 7-8-9 ਗੋਲੀਆਂ ਵੱਜੀਆਂ ਸੀ ਵਿੱਚ। ਕਿਸੇ ਨੇ ਪੋਸਟ ਵੀ ਪਾਈ ਇਸ ਸੰਬੰਧ ਵਿੱਚ? ਕਿਸੇ ਨੇ ਪੋਸਟ ਵੀ ਪਾਈ ਜਿਹਨੇ ਮਾਰਿਆ ਗੋਲੀਆਂ ਮਾਰੀਆਂ? ਉਹ ਦੇਖੋ ਚੈੱਕ ਕਰਕੇ ਸਭ ਕੁਝ ਤਫਤੀਸ਼ ਦੱਸੀ, ਜੋ ਬਾਅਦ 'ਚ ਜੋ ਵੀ ਹੋਊਗਾ ਜੀ। ਸਰ ਹੁਣ ਤੱਕ ਕੀ ਕਾਰਵਾਈ ਕੀਤੀ? ਗ੍ਰਿਫਤਾਰੀ ਹੋਈ ਕੋਈ? ਅਜੇ ਗ੍ਰਿਫਤਾਰੀ ਕੋਈ ਨਹੀਂ ਜੀ, ਅਜੇ ਆਪਣੇ ਪਰਚਾ ਦਰਜ ਹੈ ਜੀ ਪੋਸਟਮਾਰਟਮ, ਉਹਦੇ ਬ੍ਰਦਰ ਨਾਲ ਹੀ ਉਹਨਾਂ ਕਰਕੇ ਛਾਪੇ ਮਾਰੀ। ਰਣਜੀਤ ਅਵਲੀ ਥਾਣੇ 'ਚ ਪਰਚਾ ਦਰਜ ਹੋਇਆ ਜੀ। ਸਰ ਛਾਪੇ ਮਾਰੀ ਕਿਹਦੀ ਆ? ਚੱਲ ਰਿਹਾ ਜੀ, ਅਜੇ ਕੈਮਰੇ ਚੈੱਕ ਕਰਕੇ ਜੋ ਵੀ ਆ
ਜਲਦੀ ਪਕੜ ਕੇ ਫਿਰ ਦੱਸਿਆ ਚੰਗੇ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਪੋਸਟਮਾਰਟਮ ਕਰਾ ਕੇ ਦੀ ਜਾ ਕੇ ਚੱਲ ਰਿਹਾ ਅੱਜ ਕੇਸ ਠੀਕ ਹੈ।